ਰੇਡਮੀ ਪ੍ਰਾਪਰਟੀ ਨੇ ਕਿਰਾਏ ਲਈ ਸਭ ਤੋਂ ਮਹਿੰਗੀਆਂ ਥਾਵਾਂ ਦਾ ਖੁਲਾਸਾ ਕੀਤਾ ਹੈ। ਆਕਲੈਂਡ ਦੇ ਨਾਰਥ ਸ਼ੋਰ, ਪੋਰੀਰੂਆ ਅਤੇ ਮੈਨੀਕਾਓ ਦੇ ਕਿਰਾਏਦਾਰ ਇਸ ਸਮੇਂ ਨਿਊਜ਼ੀਲੈਂਡ ਵਿੱਚ ਪ੍ਰਤੀ ਹਫ਼ਤੇ ਸਭ ਤੋਂ ਵੱਧ ਕਿਰਾਇਆ ਅਦਾ ਕਰ ਰਹੇ ਹਨ। ਰੇਡਮੀ ਪ੍ਰਾਪਰਟੀ ਦੇ ਨਵੇਂ ਅੰਕੜਿਆਂ ਦੇ ਅਨੁਸਾਰ ਨਾਰਥ ਸ਼ੋਰ ਤੇ ਕਿਰਾਏਦਾਰ ਇੱਕ ਹਫ਼ਤੇ ਦੇ ਵਿੱਚ ਔਸਤਨ $730 ਖਰਚ ਰਹੇ ਹਨ, ਜੋ ਕਿ ਜੁਲਾਈ ਤੋਂ $30 ਵਧੇ ਹਨ। ਪੈਰੀਰੂਆ ਦੇ ਵਿੱਚ $15 ਦੇ ਕਿਰਾਏ ਵਧਣ ਦੇ ਨਾਲ $695 ਤੱਕ ਵਾਧਾ ਦੇਖਿਆ ਗਿਆ ਹੈ, ਜਦੋਂ ਕਿ ਆਕਲੈਂਡ ਦੇ ਮੈਨੀਕਿਓ ਸ਼ਹਿਰ ਦੇ ਵਿੱਚ $10 ਵਧਣ ਦੇ ਨਾਲ ਕਿਰਾਇਆ ਹੁਣ 690 ਦੇ ਉੱਚੇ ਪੱਧਰ ਤੇ ਪਹੁੰਚ ਗਿਆ ਹੈ। ਟ੍ਰੇਡਮੀ ਪ੍ਰਾਪਰਟੀ ਸੇਲਜ਼ ਡਾਇਰੈਕਟਰ ਗੈਵਿਨ ਲੋਇਡ ਨੇ ਕਿਹਾ ਹੈ ਕਿ ਆਇਓਟੋਰੂਆ ਦੇ ਮੁੱਖ ਕੇਂਦਰਾਂ ਵਿੱਚ ਸਾਲ ਭਰ ਦੇ ਵਧੇ ਕਿਰਾਏ ਤੋਂ ਬਾਅਦ ਹੁਣ ਇਹ ਉਹ ਜ਼ਿਲ੍ਹੇ ਹਨ ਜੋ ਮੁੱਖ ਕੇਂਦਰਾਂ ਤੋਂ ਥੋੜਾ ਅੱਗੇ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਕਿਰਾਏ ਦੀ ਕੀਮਤ ਹੈ। ਅਜਿਹਾ ਜਾਪਦਾ ਹੈ ਕਿ ਕੀਵੀ ਥੋੜੀ ਹੋਰ ਜਗ੍ਹਾ ਅਤੇ ਇੱਕ ਸ਼ਾਂਤ ਆਂਢ ਗੁਆਂਢ ਦੇ ਬਦਲੇ ਥੋੜੇ ਲੰਬੇ ਸਫ਼ਰ ਦੀ ਚੋਣ ਕਰ ਰਹੇ ਹਨ। ਸਿਖਰਲੇ 10 ਦੇ ਵਿੱਚ ਇੱਕ ਹੈਰਾਨੀਜਨਕ ਵਾਧਾ ਟੋਰੰਗਾ ਸੀ, ਜੋ ਕਿ ਆਕਲੈਂਡ ਸ਼ਹਿਰ ਅਤੇ ਵੈਲਿੰਗਟਨ ਸ਼ਹਿਰ ਦੇ ਜ਼ਿਲ੍ਹਿਆਂ ਦੇ ਵਿੱਚ ਕਿਰਾਏ ਨੂੰ ਪਛਾੜਦੇ ਹੋਏ $680 ਪ੍ਰਤੀ ਹਫ਼ਤੇ ਦੇ ਮੱਧਮਾਨ ਹਫ਼ਤਾਵਰੀ ਕਿਰਾਏ ਦੇ ਨਾਲ 6ਵੇਂ ਨੰਬਰ ਤੇ ਆਇਆ ਸੀ। ਉਹਨਾਂ ਨੇ ਕਿਹਾ ਹੈ ਕਿ ਆਕਲੈਂਡ ਸ਼ਹਿਰ ਅਤੇ ਵੈਲਿੰਗਟਨ ਸ਼ਹਿਰ ਵਿੱਚ ਕਿਰਾਏ ਅਕਸਰ ਟਾਊਨ ਹਾਊਸ, ਅਪਾਰਟਮੈਂਟ ਅਤੇ ਯੂਨਿਟ ਦੇ ਹੁੰਦੇ ਹਨ, ਜਿਸ ਕਾਰਨ ਕੇਂਦਰੀ ਖੇਤਰ ਸਸਤੇ ਜਾਪਦੇ ਹਨ। ਸਪਲਾਈ ਵਿੱਚ ਗਿਰਾਵਟ ਅਤੇ ਮੰਗ ਵਧਣ ਦੇ ਨਾਲ ਦੇਸ਼ ਭਰ ਦੇ ਵਿੱਚ ਅਗਸਤ ਦੇ ਦੌਰਾਨ ਕਿਰਾਇਆਂ ਦੇ ਵਿੱਚ ਵਾਧਾ ਹੋਇਆ ਹੈ। ਸਪਲਾਈ ਸਾਲ ਦਰ ਸਾਲ 17% ਘਟੀ ਹੈ, ਜਦਕਿ ਮੰਗ 14% ਵਧੀ ਹੈ ਅਤੇ ਕੀਮਤਾਂ ਆਸਮਾਨ ਛੂ ਰਹੀਆਂ ਹਨ। ਅਗਸਤ ਵਿੱਚ ਔਸਤ ਕਿਰਾਇਆ ਇੱਕ ਸਾਲ ਪਹਿਲਾਂ ਦੇ ਮੁਕਾਬਲੇ 7% ਵੱਧ ਕੇ $520 ਹੋ ਗਿਆ ਹੈ। ਲੋਇਟ ਨੇ ਕਿਹਾ ਕਿ ਕੈਂਟਰਬਰੀ ਵਿੱਚ ਕਿਰਾਇਆ $570 ਅਤੇ ਨਾਰਥਲੈਂਡ ਦੇ ਵਿੱਚ $590 ਅਤੇ ਓਟੇਗੋ ਦੇ ਵਿੱਚ $560 ਦੇ ਇੱਕ ਨਵੇਂ ਰਿਕਾਰਡ ਤੇ ਪਹੁੰਚ ਗਿਆ ਹੈ। ਇਸੇ ਦੌਰਾਨ ਮਾਰਲਬਰੋ, ਸਾਊਥਲੈਂਡ, ਨੈਲਸਨ, ਤਸਮਾਨ ਅਤੇ ਆਕਲੈਂਡ ਨੇ ਪਿਛਲੇ ਸਾਲ ਦੇ ਮੁਕਾਬਲੇ ਔਸਤ ਹਫ਼ਤਾਵਾਰੀ ਕਿਰਾਏ ਵਿੱਚ 2% ਫੀਸਦੀ ਵਾਧੇ ਨੂੰ ਦਰਜ ਕੀਤਾ ਹੈ। ਬਿਊਰੋ ਰਿਪੋਰਟ, ਐਨਜੈਟ, ਪੰਜਾਬੀ ਨਿਊਜ਼।